ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਇੱਕ ਅਜਿਹੇ ਸਿੱਖ ਯੋਧੇ ਦੇ ਬਾਰੇ ਜੇ ਉਹ ਨਾ ਹੁੰਦੇ ਤਾਂ ਦਰਬਾਰ ਸਾਹਿਬ ਪੰਜਾਬ ਦਾ ਹਿੱਸਾ ਨਾ ਹੁੰਦਾ। ਦਰਬਾਰ ਸਾਹਿਬ ਜਾਣ ਦੇ ਲਈ ਵੀ ਆਪਾਂ ਨੂੰ ਪਾਕਿਸਤਾਨ ਦਾ ਵੀਜ਼ਾ ਲਵਾਉਣਾ ਪੈਣਾ ਸੀ। ਅੱਜ ਆਪਾਂ ਗੱਲ ਕਰਾਂਗੇ ਕੌਣ ਸੀ ਉਹ ਜਿਨ੍ਹਾਂ ਨੂੰ ਅੱਜ ਦੇ ਟਾਈਮ ਵਿੱਚ ਸਾਰੇ ਹੀ ਭੁਲਾ ਚੁੱਕੇ ਨੇ, ਜਦੋਂ ਪਾਕਿਸਤਾਨ ਦੀਆਂ ਫੌਜਾਂ ਨੇ ਖੇਮਕਰਨ ਦੇ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਦਿੱਲੀ ਤੋਂ ਆਰਮੀ ਚੀਫ ਦਾ ਫੋਨ ਆ ਚੁੱਕਿਆ ਸੀ ਵੀ ਅੰਮ੍ਰਿਤਸਰ ਨੂੰ ਛੱਡ ਦਿਓ ਅਤੇ ਪਿੱਛੇ ਆ ਜਾਓ, ਦਿੱਲੀ ਨੂੰ ਬਚਾ ਲਓ। ਉਸ ਸਮੇਂ ਇਸ ਯੋਧੇ ਨੇ ਆਪਣੇ ਸੀਨੀਅਰ ਅਫਸਰ ਦੇ ਜਿਹੜੇ ਆਰਡਰ ਨਹੀਂ ਮੰਨੇ ਅਤੇ ਅੰਮ੍ਰਿਤਸਰ ਦੇ ਵਿੱਚੋਂ ਸੈਨਾ ਵਾਪਸ ਨਹੀਂ ਬੁਲਾਈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜ਼ਿਕਰ ਕਰਾਂਗੇ 1965 ਦੀ ਜੰਗ ਦੇ ਹੀਰੋ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਜੀ ਦੇ ਬਾਰੇ। ਇਹਨਾਂ ਦਾ ਕੱਦ 6.5 ਫੁੱਟ ਦਾ ਸੀ, ਮਰਦੇ ਦਮ ਤੱਕ ਇੱਕ ਸਟੀਲ ਦਾ ਟੁਕੜਾ ਇਹਨਾਂ ਦੇ ਸਰੀਰ ਦੇ ਵਿੱਚ ਰਿਹਾ ਜਦੋਂ ਜਪਾਨ ਨੇ ਇਹਨਾਂ ਨੂੰ 2.5 ਸਾਲ ਬੰਦੀ ਬਣਾ ਕੇ ਰੱਖਿਆ। ਜਦੋਂ ਫੌਜ ਦਾ ਹੌਸਲਾ ਟੁੱਟ ਚੁੱਕਿਆ ਸੀ, ਪਾਕਿਸਤਾਨ ਦੀ ਜਿੱਤ ਪੱਕੀ ਹੋ ਚੁੱਕੀ ਸੀ, ਉਸ ਸਮੇਂ ਇਸ ਯੋਧੇ ਨੇ ਆਪਣੇ ਫੌਜੀਆਂ ਦੇ ਵਿੱਚ ਹੌਸਲੇ ਭਰੇ। ਉਸ ਤੋਂ ਬਾਅਦ ਜੋ ਕੁਛ ਵੀ ਹੋਇਆ ਉਸ ਨੂੰ ਸੁਣ ਕੇ ਤਾਂ ਪਾਕਿਸਤਾਨ ਦੀ ਰੂਹ ਹੀ ਕੰਬ ਜਾਂਦੀ ਆ। ਪਾਕਿਸਤਾਨ ਦੇ ਰਾਸ਼ਟਰਪਤੀ ਦਾ ਇਹ ਬਿਆਨ ਸਾਹਮਣੇ ਆਇਆ ਸੀ ਵੀ ਜੇ ਇਹ ਜਨਰਲ ਚਟਾਨ ਬਣ ਕੇ ਸਾਡੀ ਸੈਨਾ ਦੇ ਸਾਹਮਣੇ ਨਾ ਖੜਦਾ ਤਾਂ ਅਸੀਂ ਜਿੱਤ ਜਾਂਦੇ। ਸਾਡੀ ਤਰਾਸਦੀ ਇਹ ਆ ਵੀ ਹਿੰਦੁਸਤਾਨ ਦਾ ਕੀ ਸਿੱਖ ਲੋਕ ਵੀ ਇਸ ਨੂੰ ਭੁਲਾ ਚੁੱਕੇ ਨੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਸ ਸੂਰਮੇ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦੇ ਹਾਂ, ਜੇ ਚੈਨਲ ਦੇ ਉੱਤੇ ਨਵੇਂ ਹੋ, ਪਹਿਲੀ ਵਾਰ ਆਏ ਹੋ, ਅਜੇ ਤੱਕ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਜ਼ਿਆਦਾ ਤੋਂ ਜ਼ਿਆਦਾ ਆਪਾਂ ਸਿੱਖ ਇਤਿਹਾਸ ਇਸ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਜਨਰਲ ਹਰਬਖਸ਼ ਸਿੰਘ ਜੀ ਦਾ ਜਨਮ ਸੰਗਰੂਰ ਦੇ ਬਡਰੁੱਖਾਂ ਪਿੰਡ ਵਿੱਚ ਹੋਇਆ, ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੀ ਪਿੰਡ ਵੀ ਸੀ। 6.5 ਫੁੱਟ ਦਾ ਕੱਦ ਦੇਖ ਕੇ ਦੁਸ਼ਮਣ 'ਤੇ ਦੰਦਲਾਂ ਪੈ ਜਾਂਦੀਆਂ ਸਨ, ਸੋਹਣੇ ਸੁਨੱਖੇ ਵੀ ਕਾਫੀ ਜ਼ਿਆਦਾ ਸਨ, ਬਹਾਦਰੀ ਤਾਂ ਕੁੱਟ ਕੁੱਟ ਕੇ ਭਰੀ ਹੀ ਹੋਈ ਸੀ। 1962 ਦੇ ਵਿੱਚ ਚੀਨ ਨੇ ਭਾਰਤ ਨੂੰ ਹਰਾ ਦਿੱਤਾ ਅਤੇ ਇੰਡੀਅਨ ਆਰਮੀ ਦੇ ਜਿਹੜੇ ਹੌਸਲੇ ਸੀ ਉਹ ਟੁੱਟ ਜਾਂਦੇ ਨੇ ਅਤੇ ਇੰਡੀਅਨ ਆਰਮੀ ਦੇ ਕੋਲ ਹਥਿਆਰ ਵੀ ਜ਼ਿਆਦਾ ਨਹੀਂ ਸੀ। 1964 ਦੇ ਵਿੱਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਜਾਂਦੀ ਆ ਅਤੇ ਇੰਡੀਆ ਨੂੰ ਲਗਾਤਾਰ 2 ਝਟਕੇ ਲੱਗਦੇ ਆ ਅਤੇ ਹੁਣ ਪਾਕਿਸਤਾਨ ਨੂੰ ਹਿੰਦੁਸਤਾਨ ਦੇ ਉੱਤੇ ਹਮਲਾ ਕਰਨ ਦਾ ਸਹੀ ਮੌਕਾ ਮਿਲ ਜਾਂਦਾ। ਭਾਰਤ ਟੁੱਟਿਆ ਹੋਇਆ ਸੀ ਅਤੇ ਕਸ਼ਮੀਰ ਦੇ ਉੱਤੇ ਕਬਜ਼ਾ ਕਰਨ ਦੇ ਲਈ ਪਾਕਿਸਤਾਨ ਦੇ ਕੋਲ ਐਨ ਸਟੀਕ ਮੌਕਾ ਮਿਲ ਚੁੱਕਿਆ ਸੀ। ਇੰਡੀਆ ਦੀ ਜਿਹੜੀ ਜ਼ਿਆਦਾ ਫੌਜ ਸੀ ਉਹ ਵੀ ਚਾਈਨਾ ਬਾਰਡਰ ਦੇ ਉੱਤੇ ਤੈਨਾਤ ਸੀ ਅਤੇ ਪਾਕਿਸਤਾਨ ਨੇ ਕਸ਼ਮੀਰ ਦੇ ਉੱਤੇ ਸਿੱਧਾ ਹਮਲਾ ਨਹੀਂ ਕੀਤਾ। ਉਹਨਾਂ ਨੇ ਗੁਜਰਾਤ ਦੇ ਕੱਸ ਇਲਾਕੇ 'ਚ ਘੁਸਪੈਠ ਕੀਤੀ ਅਤੇ ਭਾਰਤ ਟੇਬਲ ਦੇ ਉੱਤੇ ਆ ਜਾਂਦਾ, ਮਤਲਬ ਕਿ ਭਾਰਤ ਸਮਝੌਤੇ ਦੇ ਉੱਤੇ ਆ ਜਾਂਦਾ। ਇਸ ਤੋਂ ਬਾਅਦ ਜਿਹੜਾ ਪਾਕਿਸਤਾਨ ਦਾ ਹੌਸਲਾ ਹੋਰ ਵੀ ਵੱਧ ਜਾਂਦਾ ਵੀ ਇਹ ਤਾਂ ਪਹਿਲਾਂ ਹੀ ਟੇਬਲ ਦੇ ਉੱਤੇ ਆ ਗਏ, ਇਸ ਦਾ ਮਤਲਬ ਇਹ ਆ ਵੀ ਇਹ ਹੁਣ ਜੰਗ ਨਹੀਂ ਲੜ ਸਕਦੇ। 5 ਅਗਸਤ 1965 ਨੂੰ 30 ਤੋਂ ਲੈ ਕੇ 40 ਹਜ਼ਾਰ ਬੰਦੇ ਆਮ ਬੰਦਿਆਂ ਦੀ ਡਰੈਸ ਦੇ ਵਿੱਚ LOC ਕ੍ਰੋਸ ਕਰਵਾ ਕੇ ਭਾਰਤ ਦੇ ਵਿੱਚ ਐਂਟਰ ਕਰਵਾਏ ਜਾਂਦੇ ਆ ਪਾਕਿਸਤਾਨ ਦੇ ਵੱਲੋਂ। ਪਾਕਿਸਤਾਨ ਦਾ ਪਲਾਨ ਇਹ ਸੀ ਵੀ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਦੇ ਖਿਲਾਫ਼ ਭੜਕਾਇਆ ਜਾਵੇਗਾ ਅਤੇ ਕਸ਼ਮੀਰ ਦੇ ਉੱਤੇ ਕਬਜ਼ਾ ਕਰ ਲਿਆ ਜਾਵੇਗਾ। ਪੁਲਾਂ ਦੇ ਉੱਤੇ ਬੰਬ ਲਗਾ ਕੇ ਜਿਹੜੇ ਪੁਲ ਨੇ ਉਹ ਉਡਾ ਦਿੱਤੇ ਜਾਣਗੇ ਅਤੇ ਕਸ਼ਮੀਰ ਦਾ ਲਿੰਕ ਭਾਰਤ ਦੇ ਨਾਲੋਂ ਤੋੜ ਦਿੱਤਾ ਜਾਵੇਗਾ ਅਤੇ ਕਸ਼ਮੀਰ ਸਾਡੇ ਕਬਜ਼ੇ ਦੇ ਵਿੱਚ ਆ ਜਾਵੇਗਾ। 30 ਤੋਂ ਲੈ ਕੇ 40 ਹਜ਼ਾਰ ਲੋਕ ਭਾਰਤ ਦੇ ਵਿੱਚ ਐਂਟਰ ਕਰਦੇ ਆ, ਇਹਨਾਂ ਵਿੱਚੋਂ ਕੁਝ ਅੱਤਵਾਦੀ ਵੀ ਸੀ ਅਤੇ ਕੁਝ ਪਾਕਿਸਤਾਨੀ ਫੌਜ ਵੀ ਸੀ। ਇੰਡੀਆ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਜਿਹੜੇ ਕਸ਼ਮੀਰੀ ਲੋਕ ਸੀ ਇਹਨਾਂ ਦੀ ਮਦਦ ਨਹੀਂ ਕਰਦੇ, ਉਹ ਉਲਟਾ ਇੰਡੀਅਨ ਆਰਮੀ ਨੂੰ ਇਹਨਾਂ ਦੇ ਬਾਰੇ ਸੂਚਨਾ ਦੇ ਦਿੰਦੇ ਆ। ਇੰਡੀਅਨ ਆਰਮੀ ਬੁਰੇ ਤਰੀਕੇ ਦੇ ਨਾਲ ਇਹਨਾਂ ਨੂੰ ਇੱਥੋਂ ਭਜਾਉਂਦੀ ਆ। ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਸੀ ਉਹ ਬਖਲਾ ਜਾਂਦਾ ਅਤੇ ਉਹਨਾਂ ਦਾ ਪਹਿਲਾ ਪਲਾਨ, ਪਹਿਲਾ ਮਿਸ਼ਨ ਫੇਲ ਹੋ ਜਾਂਦਾ। ਹੁਣ ਪਾਕਿਸਤਾਨ ਦੇ ਵੱਲੋਂ ਦੂਸਰਾ ਪਲਾਨ ਬਣਾਇਆ ਜਾਂਦਾ। 1 ਸਤੰਬਰ ਨੂੰ ਸੰਭ ਦੇ ਇਲਾਕੇ ਵਿੱਚ ਬੰਬ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ। ਇਸ ਆਪਰੇਸ਼ਨ ਨੂੰ ਨਾਮ ਦਿੱਤਾ ਜਾਂਦਾ ਆਪਰੇਸ਼ਨ ਗ੍ਰੈਂਡ ਸਲੈਮ। ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਆਰਮੀ ਚੀਫ ਜਨਰਲ ਚੌਧਰੀ ਨੂੰ ਰਾਏ ਦਿੰਦੇ ਆ ਵੀ ਪਾਕਿਸਤਾਨ ਨੂੰ ਕਿਸ ਤਰੀਕੇ ਸਬਕ ਸਿਖਾਇਆ ਜਾ ਸਕਦਾ। ਹਰਬਖਸ਼ ਸਿੰਘ ਕਹਿੰਦੇ ਆ ਵੀ ਆਪਾਂ ਨੂੰ ਇੰਟਰਨੈਸ਼ਨਲ ਬਾਰਡਰ ਕ੍ਰੋਸ ਕਰਕੇ ਲਾਹੌਰ ਦੇ ਉੱਤੇ ਹਮਲਾ ਕਰਨਾ ਚਾਹੀਦਾ। ਇਹ ਗੱਲ ਸੁਣ ਕੇ ਜਨਰਲ ਚੌਧਰੀ ਬੜਾ ਹੈਰਾਨ ਹੁੰਦਾ, ਉਹ ਕਹਿੰਦਾ ਵੀ ਇੱਦਾਂ ਕਿੱਦਾਂ ਆਪਾਂ ਹਮਲਾ ਕਰ ਸਕਦੇ ਹਾਂ, ਇਹ ਕਿੱਦਾਂ ਮੁਮਕਿਨ ਆ। ਅਤੇ ਜਨਰਲ ਹਰਬਖਸ਼ ਸਿੰਘ ਕਹਿੰਦੇ ਆ ਵੀ ਜੇ ਤੁਹਾਡੇ ਹੱਥ ਤਾਕਤ ਨਹੀਂ ਹੈ, ਤੁਸੀਂ ਅਜਿਹਾ ਕਰਨ ਦੇ ਲਈ ਮੈਨੂੰ ਆਰਡਰ ਨਹੀਂ ਦੇ ਸਕਦੇ ਤਾਂ ਮੇਰੀ ਪ੍ਰਧਾਨ ਮੰਤਰੀ ਦੇ ਨਾਲ ਗੱਲ ਕਰਾਓ। ਉਸ ਤੋਂ ਬਾਅਦ ਹਰਬਖਸ਼ ਸਿੰਘ ਪ੍ਰਧਾਨ ਮੰਤਰੀ ਦੇ ਨਾਲ ਗੱਲ ਕਰਦੇ ਆ। ਉਸ ਸਮੇਂ ਦਾ ਪ੍ਰਧਾਨ ਮੰਤਰੀ ਸੀ ਲਾਲ ਬਹਾਦਰ ਸ਼ਾਸਤਰੀ, ਜੋ ਕਿ ਬੜੇ ਇਮਾਨਦਾਰ ਅਤੇ ਸਿਆਣੇ ਸਨ, ਅਤੇ ਉਹ ਹਰਬਖਸ਼ ਸਿੰਘ ਦੀ ਗੱਲ ਮੰਨ ਲੈਂਦੇ ਆ। ਅਤੇ 3 ਸਤੰਬਰ ਨੂੰ ਲਾਹੌਰ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਆਗਿਆ ਉਹ ਮਿਲ ਜਾਂਦੀ ਆ। ਹੁਣ ਜਿਹੜਾ ਪਲਾਨ ਇਹ ਸੀ ਵੀ ਸਿੱਧਾ ਲਾਹੌਰ ਦੇ ਉੱਤੇ ਹਮਲਾ ਕਰੂਗਾ ਇੰਡੀਆ ਅਤੇ ਪਾਕਿਸਤਾਨ ਦਾ ਪਲਾਨ ਫੇਲ ਹੋ ਜਾਊਗਾ। 6 ਸਤੰਬਰ ਨੂੰ ਇੰਡੀਆ ਦੇ ਵੱਲੋਂ ਲਾਹੌਰ ਦੇ ਉੱਤੇ ਜਾਣੀ ਕਿ ਪਾਕਿਸਤਾਨ ਦੇ ਉੱਤੇ ਹੱਲਾ ਬੋਲ ਦਿੱਤਾ ਜਾਂਦਾ। ਪਾਕਿਸਤਾਨ ਦੇ ਕੋਲੋਂ ਅਮਰੀਕਾ ਵਾਲਿਆਂ ਨੇ ਉਹਨਾਂ ਨੂੰ ਦਿੱਤੇ ਸੀ ਪੈਟਰ ਟੈਂਕ, ਉਹ ਸੀ ਜਿਹੜੇ ਕਿ ਕਾਫੀ ਐਡਵਾਂਸ ਟੈਕਨੋਲੋਜੀ ਵਾਲੇ ਸੀ, ਅਤੇ ਇੰਡੀਆ ਦੇ ਕੋਲ ਵਿਸ਼ਵ ਯੁੱਧ ਦੇ ਟਾਈਮ ਦੇ ਸੈਂਚੁਰੀਅਨ ਸਰਮਨ ਟੈਂਕ ਸੀ। ਜਿਹੜੇ ਪਾਕਿਸਤਾਨ ਦੇ ਜਹਾਜ਼ ਸੀ ਉਹ ਵੀ ਤੇਜ਼ ਸੀ, ਜਿਹੜੇ ਇੰਡੀਆ ਕੋਲ ਜਹਾਜ਼ ਸੀ ਉਹ ਸਲੋ ਸੀ, ਜਾਣੀ ਕਿ ਉਹ ਹੌਲੀ ਚੱਲਦੇ ਸੀ। ਫੌਜ ਦੀ ਗਿਣਤੀ ਜਿਹੜੀ ਇੰਡੀਆ ਦੀ ਸੀ ਉਹ ਅਲੱਗ ਅਲੱਗ ਬਾਰਡਰਾਂ ਉੱਤੇ ਸੀ, ਅਤੇ ਪਾਕਿਸਤਾਨ ਦੀ ਇਸ ਤਰੀਕੇ ਨਾਲ ਫੌਜ ਦੀ ਗਿਣਤੀ ਵੀ ਜ਼ਿਆਦਾ ਸੀ। 6 ਸਤੰਬਰ ਨੂੰ ਲਾਹੌਰ ਦੇ ਉੱਤੇ ਚੜ੍ਹਾਈ ਕੀਤੀ ਜਾਂਦੀ ਹੈ, ਲਗਭਗ 13 ਤੋਂ ਲੈ ਕੇ 14 ਘੰਟੇ ਲੜਾਈ ਚੱਲਦੀ ਹੈ। 7 ਸਤੰਬਰ ਨੂੰ ਕੀ ਹੁੰਦਾ, ਇੰਡੀਆ ਦੀਆਂ 6 ਪਲਟਨਾਂ ਹੁੰਦੀਆਂ ਨੇ ਜੋ ਕਿ ਪਾਕਿਸਤਾਨ
ਹੁਣ ਪੈਟਨ ਟੈਂਕ ਤਾਂ ਜਿੱਧਰ ਨੂੰ ਮੂੰਹ ਮੁੜ ਗਿਆ ਉੱਧਰੋਂ ਮੋੜਨਾ ਬੜਾ ਔਖਾ ਸੀ। ਇਸ ਤਰੀਕੇ ਪੈਟਨ ਟੈਂਕ ਤੋਂ ਡਰਦੀਆਂ ਇੰਡੀਆ ਦੀਆਂ 2.5 ਪਲਟਨਾਂ ਫਰਾਰ ਹੋ ਜਾਂਦੀਆਂ ਨੇ ਅਤੇ ਬਚੀ ਹੋਈ ਜਿਹੜੀ ਫੌਜ ਸੀ ਉਹਨਾਂ ਦੇ ਹੌਂਸਲੇ ਪਸਤ ਹੋ ਜਾਂਦੇ ਆ। ਇਸ ਸਮੇਂ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਫੌਜ ਦਾ ਹੌਂਸਲਾ ਵਧਾਉਂਦੇ ਆ, ਉਹਨਾਂ ਵਿੱਚ ਜੋਸ਼ ਭਰਦੇ ਆ। ਉਸ ਤੋਂ ਬਾਅਦ ਹੁੰਦੀ ਹੈ ਲੜਾਈ। ਇਸ ਲੜਾਈ ਦੇ ਵਿੱਚ ਜਿਹੜੇ ਭਾਰਤ ਦੇ ਕਿਸਾਨ ਸੀ ਉਹ ਵੀ ਫੌਜ ਦੀ ਮਦਦ ਕਰਦੇ ਆ, ਜੰਗ ਦੇ ਵਿੱਚ ਹਿੱਸਾ ਲੈਂਦੇ ਆ। ਉਹ ਦਰੱਖਤਾਂ ਦੇ ਉੱਪਰ ਜਿਹੜੇ ਮਚਾਨ ਬਣਾ ਕੇ ਬੈਠਦੇ ਆ, ਜਦੋਂ ਵੀ ਉਹਨਾਂ ਨੂੰ ਦੂਰ ਤੋਂ ਜਿਹੜਾ ਦੁਸ਼ਮਣ ਟੈਂਕ ਆਉਂਦੇ ਦਿਖਾਈ ਦਿੰਦੇ ਉਸ ਦੀ ਖਬਰ ਇੰਡੀਅਨ ਆਰਮੀ ਨੂੰ ਦੇ ਦਿੰਦੇ ਅਤੇ ਉਹ ਫੌਜ ਦੇ ਵਾਸਤੇ ਜਿਹੜਾ ਲੰਗਰ ਵੀ ਲਗਾਉਂਦੇ ਆ। ਇਸ ਲੜਾਈ ਦੇ ਵਿੱਚ ਇੰਡੀਆ ਵਾਲਿਆਂ ਨੇ ਪਾਕਿਸਤਾਨ ਦੇ ਕਾਫੀ ਟੈਂਕ ਬਰਬਾਦ ਕੀਤੇ। ਜਿਹੜੇ ਪਾਕਿਸਤਾਨ ਦੇ ਕੋਲ ਪੈਟਨ ਟੈਂਕ ਸੀ ਉਹਨਾਂ ਵਿੱਚ ਇਨਫਰਾ ਰੈੱਡ ਟੈਕਨੋਲੋਜੀ ਸੀ, ਜਾਣੀ ਕਿ ਉਹ ਰਾਤ ਨੂੰ ਵੀ ਚੱਲ ਸਕਦੇ ਸੀ, ਪਰ ਇੰਡੀਆ ਕੋਲ ਅਜਿਹੀ ਟੈਕਨੋਲੋਜੀ ਵਾਲੇ ਟੈਂਕ ਨਹੀਂ ਸੀ। ਪਾਕਿਸਤਾਨ ਦੇ ਟੈਂਕ ਅਗਲੇ ਦਿਨ ਇੰਡੀਆ ਦੇ ਇਲਾਕੇ ਵਿੱਚ ਐਂਟਰ ਹੁੰਦੇ ਆ ਅਤੇ ਖੇਮਕਰਨ ਤੱਕ ਫੌਜ ਆ ਜਾਂਦੀ ਆ। ਉਹਨਾਂ ਦਾ ਪਲੈਨ ਬੜਾ ਕਾਮਯਾਬ ਸੀ, ਮਤਲਬ ਕਿ ਪਾਕਿਸਤਾਨ ਨੂੰ ਇੰਨਾ ਵਿਸ਼ਵਾਸ ਸੀ ਆਪਣੇ ਪਲੈਨ ਦੇ ਉੱਤੇ। ਉੱਥੋਂ ਦਾ ਰਾਸ਼ਟਰਪਤੀ ਜਿਸਦਾ ਨਾਂ ਸੀ ਜਨਰਲ ਆਯੂਬ ਖਾਨ, ਉਹ ਕਹਿੰਦਾ ਵੀ ਮੈਂ ਸਵੇਰੇ ਟਹਿਲਦਾ ਹੋਇਆ ਲਾਹੌਰ ਤੋਂ ਨਿਕਲੂੰ, ਲੰਚ ਮੈਂ ਕਰੂੰਗਾ ਅੰਮ੍ਰਿਤਸਰ ਅਤੇ ਦਿੱਲੀ ਜਾ ਕੇ ਮੈਂ ਜਾਮਾ ਮਸਜਿਦ ਦੇ ਵਿੱਚ ਨਮਾਜ਼ ਪੜੂੰਗਾ। ਜਿਹੜੀ ਪਾਕਿਸਤਾਨ ਸੀ ਉਹ ਅੰਮ੍ਰਿਤਸਰ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਅੰਬਾਲਾ ਹੁੰਦੇ ਹੋਏ ਦਿੱਲੀ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਉਹਨਾਂ ਦੀ ਪੂਰਾ ਪਲੈਨ ਬਣਿਆ ਹੋਇਆ ਸੀ। ਜਦੋਂ ਇਸ ਪਲੈਨ ਦੀ ਖਬਰ ਦਿੱਲੀ ਪਹੁੰਚਦੀ ਆ ਤਾਂ 9 ਸਤੰਬਰ ਨੂੰ ਆਰਮੀ ਚੀਫ ਜਨਰਲ ਚੌਧਰੀ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਫੋਨ ਲਾਉਂਦਾ। ਜਨਰਲ ਚੌਧਰੀ ਨੇ ਆਰਡਰ ਦਿੱਤਾ ਵੀ ਫੌਜਾਂ ਨੂੰ ਪਿੱਛੇ ਲੈ ਆਓ, ਬਿਆਸ ਦੇ ਉੱਤੇ ਫੌਜ ਲੈ ਕੇ ਆਓ, ਸੈਕਿੰਡ ਡਿਫੈਂਸ ਲਾਈਨ ਬਣਾਓ, ਅੰਮ੍ਰਿਤਸਰ ਤਾਂ ਹੁਣ ਇੱਥੋਂ ਗਿਆ ਅਤੇ ਦਿੱਲੀ ਨੂੰ ਬਚਾ ਲਓ। ਜਨਰਲ ਹਰਬਖਸ਼ ਸਿੰਘ ਨੇ ਆਪਣੀ ਕਿਤਾਬ ਲਿਖੀ ਆ, ਉਹਨਾਂ ਵਿੱਚ ਉਹ ਲਿਖਦੇ ਆ ਵੀ ਇਸ ਆਰਡਰ ਤੋਂ ਬਾਅਦ ਮੈਂ ਕਾਫੀ ਹੈਰਾਨ ਅਤੇ ਅਚੰਭਿਤ ਹੋਇਆ ਅਤੇ ਉਹਨਾਂ ਨੇ ਇਹ ਆਰਡਰ ਨਹੀਂ ਮੰਨੇ ਅਤੇ ਫੋਨ ਦੇ ਉੱਤੇ ਵੀ ਕਾਫੀ ਬਹਿਸ ਹੁੰਦੀ ਆ। ਅਤੇ ਉਸੇ ਰਾਤ ਜਨਰਲ ਚੌਧਰੀ ਜੋ ਕਿ ਆਰਮੀ ਚੀਫ ਸੀ ਉਹ ਅੰਬਾਲੇ ਆ ਜਾਂਦਾ ਅਤੇ ਅੰਬਾਲੇ ਦੇ ਵਿੱਚ ਵੀ ਜਨਰਲ ਹਰਬਖਸ਼ ਸਿੰਘ ਅਤੇ ਜਨਰਲ ਚੌਧਰੀ ਦੇ ਵਿੱਚ ਕਾਫੀ ਬਹਿਸ ਹੁੰਦੀ ਆ ਅਤੇ ਜਨਰਲ ਹਰਬਖਸ਼ ਸਿੰਘ ਨੇ ਸਿੱਧਾ ਮੂੰਹ 'ਤੇ ਫੈਸਲਾ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਹਿੰਦਾ ਵੀ ਫੌਜ ਪਿੱਛੇ ਨਹੀਂ ਆਊਗੀ। ਹਰਬਖਸ਼ ਸਿੰਘ ਨੇ ਕਿਹਾ ਵੀ 17 ਸਾਲ ਪਹਿਲਾਂ ਸਿੱਖਾਂ ਨੇ ਪੰਜਾ ਸਾਹਿਬ ਨਨਕਾਣਾ ਸਾਹਿਬ ਖੋ ਦਿੱਤਾ ਅਤੇ ਹੁਣ ਦਰਬਾਰ ਸਾਹਿਬ ਮੈਂ ਹੱਥੋਂ ਨਹੀਂ ਜਾਣ ਦਿੰਦਾ ਅਤੇ ਆਰਮੀ ਚੀਫ ਨੂੰ ਜਵਾਬ ਦਿੱਤਾ ਅਤੇ ਉਹਨਾਂ ਨੂੰ ਕਿਹਾ ਵੀ ਹੁਣ ਜੰਗ ਦੇ ਮੈਦਾਨ ਦੇ ਵਿੱਚ ਮੈਂ ਖੁਦ ਜਾਊਂਗਾ। ਇਸ ਲੜਾਈ ਦੇ ਵਿੱਚ ਜਨਰਲ ਹਰਬਖਸ਼ ਸਿੰਘ ਦੇ ਨਾਲ ਸੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ। ਜਨਰਲ ਹਰਬਖਸ਼ ਸਿੰਘ ਨੇ ਆਪਣੀ ਫੌਜ ਦੇ ਵਿੱਚ ਜੋਸ਼ ਭਰਿਆ ਅਤੇ ਉਸ ਤੋਂ ਬਾਅਦ ਕੀ ਹੁੰਦਾ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਇੰਨੇ ਟੈਂਕ ਤਬਾਹ ਕੀਤੇ ਜਾਂਦੇ ਆ ਵੀ ਪਾਕਿਸਤਾਨ ਨੂੰ ਫਿਰ ਸੀਜ਼ ਫਾਇਰ ਦਾ ਐਲਾਨ ਕਰਨਾ ਪੈਂਦਾ, ਜਾਣੀ ਕਿ ਯੁੱਧਬੰਦੀ ਦਾ ਐਲਾਨ ਪਾਕਿਸਤਾਨ ਦੇ ਵੱਲੋਂ ਥੱਕ ਹਾਰ ਕੇ ਕਰ ਦਿੱਤਾ ਜਾਂਦਾ। ਪੈਣ ਦੀ ਜੰਗ ਹਾਰਨ ਤੋਂ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਆਯੂਬ ਖਾਨ ਦਾ ਬਿਆਨ ਆਉਂਦਾ ਵੀ ਜੇ ਹਰਬਖਸ਼ ਸਿੰਘ ਨਾ ਹੁੰਦੇ, ਇਹ ਚਟਾਨ ਬਣ ਕੇ ਸਾਡੀ ਸੈਨਾ ਦੇ ਸਾਹਮਣੇ ਨਾ ਖੜ੍ਹਦੇ ਤਾਂ ਅਸੀਂ ਨਾ ਹਾਰਦੇ। ਉਹ ਸਿੱਖ ਯੋਧਾ ਜਿਸ ਦੀ ਦੁਸ਼ਮਣ ਵੀ ਤਾਰੀਫ ਕਰ ਰਹੇ ਹਨ ਉਹਨਾਂ ਨੂੰ ਆਪਾਂ ਸਾਰਿਆਂ ਨੇ ਭੁਲਾ ਦਿੱਤਾ। ਉਹ ਸਿੱਖ ਯੋਧਾ ਜਿਸਨੇ ਆਪਣੀ ਨੌਕਰੀ ਦੀ ਪਰਵਾਹ ਕੀਤੇ ਬਿਨਾਂ ਕੌਮ ਨੂੰ ਨਾ ਪੂਰੇ ਹੋਣ ਵਾਲੇ ਘਾਟੇ ਤੋਂ ਬਚਾ ਲਿਆ। ਪਾਕਿਸਤਾਨ ਦਾ ਮੰਨਣਾ ਵੀ ਇਹ ਜੰਗ ਅਸੀਂ ਜਿੱਤੇ ਅਤੇ ਭਾਰਤ ਕਹਿੰਦਾ ਵੀ ਇਹ ਜੰਗ ਅਸੀਂ ਜਿੱਤੇ ਸੀ। ਹੁਣ ਜੇ ਆਪਾਂ ਦੇਖੀਏ ਵੀ ਜੰਗ ਦੇ ਬਾਅਦ ਜਦੋਂ ਮੁਆਇਨਾ ਕੀਤਾ ਗਿਆ, ਹਿਸਾਬ ਕਿਤਾਬ ਲਗਾਇਆ ਗਿਆ, ਤਾਂ ਭਾਰਤ ਦੇ ਲਗਭਗ 3000 ਜਵਾਨ ਸ਼ਹੀਦ ਹੋਏ ਸੀ 65 ਦੀ ਜੰਗ ਦੇ ਵਿੱਚ ਅਤੇ ਪਾਕਿਸਤਾਨ ਦੇ 3800 ਜਵਾਨ ਸ਼ਹੀਦ ਹੋਏ ਸੀ। ਭਾਰਤ ਨੇ ਪਾਕਿਸਤਾਨ ਦੇ 1920 ਵਰਗ ਕਿਲੋਮੀਟਰ ਉੱਤੇ ਕਬਜ਼ਾ ਕੀਤਾ ਸੀ ਅਤੇ ਪਾਕਿਸਤਾਨ ਨੇ 540 ਵਰਗ ਕਿਲੋਮੀਟਰ ਦੇ ਉੱਤੇ ਕਬਜ਼ਾ ਕੀਤਾ ਸੀ ਅਤੇ ਟੈਂਕ ਵੀ ਪਾਕਿਸਤਾਨ ਦੇ ਜ਼ਿਆਦਾ ਬਰਬਾਦ ਹੋਏ ਸੀ 1965 ਦੀ ਜੰਗ ਦੇ ਵਿੱਚ ਜਿਹੜੇ ਕਿ ਭਾਰਤ ਦੀ ਫੌਜ ਨੇ ਕੀਤੇ ਸੀ। ਜੇ 1965 ਦੀ ਜੰਗ ਦੇ ਵਿੱਚ ਅੰਮ੍ਰਿਤਸਰ ਹੱਦ ਦੇ ਵਿੱਚੋਂ ਨਿਕਲ ਜਾਂਦਾ ਤਾਂ ਦਰਬਾਰ ਸਾਹਿਬ ਦੇ ਨਾਲ ਨਾਲ ਖੇਮਕਰਨ, ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਖਡੂਰ ਸਾਹਿਬ ਅਤੇ ਬਹੁਤ ਹੀ ਜ਼ਿਆਦਾ ਗੁਰੂ ਘਰ ਹੱਦ ਦੇ ਵਿੱਚੋਂ ਨਿਕਲ ਜਾਣੇ ਸੀ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਜਨਰਲ ਹਰਬਖਸ਼ ਸਿੰਘ ਦੀ ਕੌਮ ਨੂੰ ਕੀ ਦੇਣਾ। ਹੁਣ ਆਪਾਂ ਨੂੰ ਇਹ ਲੱਗਦਾ ਵੀ ਇਸ ਤੋਂ ਬਾਅਦ ਇਹਨਾਂ ਨੂੰ ਮੈਡਲ ਮਿਲੇ ਹੋਣਗੇ, ਇਨਾਮ ਮਿਲੇ ਹੋਣਗੇ ਸਰਕਾਰ ਦੇ ਵੱਲੋਂ, ਪਰ ਹੋਇਆ ਬਿਲਕੁਲ ਇਸ ਦੇ ਉਲਟ। ਇਹਨਾਂ ਤੋਂ ਸਵਾਲ ਪੁੱਛਿਆ ਗਿਆ ਵੀ ਤੁਸੀਂ ਆਰਮੀ ਚੀਫ ਦੇ ਆਰਡਰ ਕਿਉਂ ਨਹੀਂ ਮੰਨੇ, ਤੁਸੀਂ ਸੈਨਾ ਨੂੰ ਪਿੱਛੇ ਕਿਉਂ ਨਹੀਂ ਲੇ ਕਰ ਆਏ। ਉਸ ਸਮੇਂ ਇਹਨਾਂ ਦੇ ਹੱਕ ਵਿੱਚ ਆਏ ਉਸ ਸਮੇਂ ਦੇ ਪ੍ਰਧਾਨ ਮੰਤਰੀ। 1 ਸਾਲ ਦੇ ਬਾਅਦ ਇਹਨਾਂ ਨੂੰ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ। ਇੱਕ ਗੱਲ ਦਾ ਇਹ ਸਿਕਵਾ ਕਰਦੇ ਨੇ, ਜਦੋਂ 84 ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਅਟੈਕ ਹੋਇਆ, ਉਸ ਸਮੇਂ ਘਰ ਦੇ ਬਾਹਰ ਇਹਨਾਂ ਦੇ CID ਲਗਾਈ ਗਈ ਸੀ। ਜਦੋਂ 1984 ਦੇ ਸਿੰਘ ਦੰਗੇ ਹੋਏ ਉਸ ਸਮੇਂ ਦਿੱਲੀ ਰਹਿੰਦੇ ਸੀ, ਇਹਨਾਂ ਦੇ ਘਰ ਦੇ ਉੱਤੇ ਵੀ ਅਟੈਕ ਕੀਤਾ ਗਿਆ। ਇਹਨਾਂ ਨੇ ਇੱਕ ਬੰਦੂਕ ਆਪਣੇ ਹੱਥ ਦੇ ਵਿੱਚ ਰੱਖੀ ਅਤੇ ਇੱਕ ਆਪਣੀ ਬੇਟੀ ਦੇ ਹੱਥ ਵਿੱਚ ਫੜਾਈ। ਇੱਕ ਯੋਗਦਾਨ ਇਹਨਾਂ ਦਾ ਕੌਮ ਦੇ ਲਈ ਹੋਰ ਆ, ਜਦੋਂ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਤਾਂ ਜਿਹੜੇ ਧਰਮੀ ਫੌਜੀ ਸੀ ਜਿਹੜੇ ਕਿ ਫੌਜ ਛੱਡ ਕੇ ਆ ਗਏ ਸੀ, ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਉਹਨਾਂ ਦਾ ਕੋਰਟ ਮਾਰਸ਼ਲ ਕੀਤਾ ਗਿਆ, ਸਰਕਾਰ ਨੇ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਚਾਹੀਆਂ, ਤਾਂ ਉਸ ਸਮੇਂ ਜਨਰਲ ਹਰਬਖਸ਼ ਸਿੰਘ ਉਹਨਾਂ ਦੇ ਹੱਕ ਵਿੱਚ ਆਏ ਸੀ। ਜਨਰਲ ਹਰਬਖਸ਼ ਸਿੰਘ ਨੇ ਕਿਹਾ ਸੀ ਮੈਂ ਇਹਨਾਂ ਦੇ ਨਾਲ ਹਾਂ, ਮੈਂ ਇਹਨਾਂ ਦੀ ਆਵਾਜ਼ ਹਾਂ। ਜੇ ਆਪਾਂ ਤੁਹਾਨੂੰ ਇਹਨਾਂ ਦੀ ਬਹਾਦਰੀ ਦਾ ਇੱਕ ਕਿੱਸਾ ਹੋਰ ਸੁਣਾਈਏ ਤਾਂ ਵਿਸ਼ਵ ਯੁੱਧ ਦੇ ਸਮੇਂ ਦੀ ਗੱਲ ਹੈ। ਉਸ ਸਮੇਂ ਇਹ ਵਿਸ਼ਵ ਯੁੱਧ ਵਿੱਚ ਹਿੱਸਾ ਲੈ ਰਹੀ ਸੀ, ਇਹ ਸਨ ਉਸ ਸਮੇਂ ਮਲੇਸ਼ੀਆ, ਅਤੇ ਜਪਾਨ ਨੇ ਇਹਨਾਂ ਨੂੰ ਬੰਦੀ ਬਣਾ ਲਿਆ ਸੀ ਅਤੇ ਲਗਭਗ 2.5 ਸਾਲ ਇਹਨਾਂ ਨੂੰ ਤੜਫਾਇਆ। ਇਹਨਾਂ ਦੇ ਸਿਰ ਦੇ ਵਿੱਚ ਇੱਕ ਸਟੀਲ ਦਾ ਟੁਕੜਾ ਸੀ ਜਿਹੜਾ ਕਿ ਆਖਰੀ ਸਾਹ ਤੱਕ
ਇਹਨਾਂ ਨੂੰ ਇੱਕ ਬਿਮਾਰੀ ਵੀ ਹੋ ਗਈ ਸੀ ਜਿਸ ਦਾ ਨਾਮ ਸੀ ਬੇਰੀਬੇਰੀ, ਜੋ ਕਿ ਇੱਕ ਦਿਲ ਦੀ ਬਿਮਾਰੀ ਹੁੰਦੀ ਆ। 1965 ਦੀ ਜਦੋਂ ਜੰਗ ਲੜ ਰਹੇ ਸੀ ਤਾਂ ਉਸ ਸਮੇਂ ਵੀ ਇਹਨਾਂ ਨੂੰ ਦਿਲ ਦਾ ਰੋਗ ਹੈਗਾ ਸੀ, ਪਰ ਇਹਨਾਂ ਨੇ ਕੋਈ ਵੀ ਪਰਵਾਹ ਨਹੀਂ ਕੀਤੀ ਅਤੇ ਇਹਨਾਂ ਦੀ ਬਹਾਦਰੀ ਨੂੰ ਕੌਮ ਦੇ ਵੱਲੋਂ ਨਮਨ ਕਰਨਾ ਚਾਹੀਦਾ। ਜਦੋਂ ਵੀ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਤਾਂ ਜਨਰਲ ਹਰਬਖਸ਼ ਸਿੰਘ ਨੂੰ ਵੀ ਯਾਦ ਜ਼ਰੂਰ ਕਰ ਲੈਣਾ ਚਾਹੀਦਾ, ਕਿਉਂਕਿ ਇਹਨਾਂ ਨੇ ਕੌਮ ਨੂੰ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਸੀ ਉਸ ਤੋਂ ਬਚਾਇਆ। ਜੇ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੈ, ਵੀਡੀਓ ਨੂੰ ਤੁਸੀਂ ਲਾਈਕ ਕਰ ਸਕਦੇ ਹੋ, ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਕਰ ਸਕਦੇ ਹੋ ਵੀਡੀਓ ਨੂੰ, ਤਾਂ ਕਿ ਉਹ ਵੀ ਇਹ ਇਤਿਹਾਸ ਜਾਣ ਸਕਣ ਅਤੇ ਸਾਡੇ ਇਸ ਸਿੱਖ ਕੌਮ ਦੇ ਮਹਾਨ ਸੂਰਮੇ ਨੂੰ ਉਹ ਵੀ ਯਾਦ ਕਰ ਸਕਣ। ਧੰਨਵਾਦ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।